ਹਰ ਗੱਡੀ ਦੀ 2 ਮਹੀਨੇ ਦੀ ਗਰੰਟੀ ਦੇ ਰਿਹਾ ਬਾਈ, ਇਹਦੀ ਮੈਂ 6 ਮਹੀਨੇ ਦੀ ਗਰੰਟੀ ਦਊਂਗਾ। ਸਕੋਡਾ ਤਾਂ ਹੈਵੀ ਹੁੰਦੀ ਆ ਭਾਈ, ਮੈਨੂੰ ਕਰਦੇ ਆ ਕਮੈਂਟ ਕੇ ਲੋਕ, ਨਹੀਂ ਬਾਈ ਫੋਰਡ ਦਾ ਇੰਜਨ ਨਹੀਂ ਕਾਮਯਾਬ, ਸਕੋਡਾ ਦਾ ਕਾਮਯਾਬ ਨਹੀਂ ਬੋਕਸ। ਬਾਈ ਮੈਂ ਇਹਦੀ 6 ਮਹੀਨੇ ਦੀ ਗਰੰਟੀ ਦਊਂਗਾ, ਸਵਿਫਟ ਦੇ ਘੱਟ ਰੇਟ ਤੇ ਦੇ ਦੂੰਗਾ ਗਾਰਾਜ। ਬਲੈਨੋ ਬਲੈਨੋ ਅੱਛਾ ਵੀ, ਜਿਹੜਾ ਬੰਦਾ ਇਹੀ ਮਾਡਲ ਦੀ ਸੁੱਟ ਲੈਣ ਚੱਲਿਆ ਤਾਂ ਨਾ ਦੇ ਲਵੇ, ਨਾ ਉਸ ਤੋਂ ਹੀ ਘੱਟ ਰੇਟ ਤੇ ਦਊਂਗਾ ਵੀਰੇ, 25-30 ਹਜ਼ਾਰ 35 ਹਜ਼ਾਰ। 18 ਮਾਡਲ 385,000 ਦੀ ਲੈ ਜਾ, ਤੁਹਾਨੂੰ ਵੀ ਨਾਲ ਹੈਰਾਨ। ਹੋਰ ਕੀ ਬਾਤ, ਅਲੋਏ ਟਾਇਰ ਦੇਖੋ ਬਾਈ, 17 ਇੰਚੀ ਪਏ ਹੋਏ ਆ। ਹਾਂਜੀ, ਅਲੋਏ ਬੰਦੇ ਨੇ ਗੱਡੀ ਦੇ ਇੰਪੋਰਟ ਕਰਾਏ ਬਾਹਰੋਂ, ਇੱਥੇ ਅਲੋਏ ਨਹੀਂ ਮਿਲਦੇ ਵਾਲੇ, ਇਹ ਗੱਡੀ ਦੇ ਅਲੋਏ ਇੰਪੋਰਟ ਕਰਾਏ ਆ ਬਾਹਰੋਂ, ਕੰਪਨੀ ਵੀ ਨਹੀਂ ਆ ਬਾਈ ਇੰਡੀਆ 'ਚ ਵਾਲੇ ਅਲੋਏ ਵਾਲੀ। 14 ਮਾਡਲ ਹੈ ZLX ਟੌਪ ਐਂਡ ਮਾਡਲ, ਟੌਪ ਮਾਡਲ ਆਗਾ ਜਿਹੜਾ, ਸਾਰੀ ਓਰੀਜਨਲ ਹੈ ਬਾਈ, ਕਿਤੇ ਕਲਮ ਵੀ ਲੱਗੀ ਹੋਈ ਗੱਡੀ ਤੇ, ਬੰਪਰ ਟੂ ਬੰਪਰ ਸਾਰੀ ਓਰੀਜਨਲ ਬਾਈ, ਇੰਨੀ ਨਵੀਂ ਕਾਰ ਹੈ, ਟਾਇਰ ਨਵੇਂ, ਸਭ ਕੁਝ ਨਵਾਂ। ਠੀਕ ਹੈ ਜੀ, ਕਾਰ ਦਾ ਰੇਟ ਦੇ ਦਾਂਗਾ ਵੀਰੇ 4,40,000 ਰੁਪਏ ਮਾਰਕੀਟ ਘੁੰਮ ਲਿਓ, 14 ਮਾਡਲ ਬਜ਼ਾਰੋਂ ਕੋਈ ਦੇ ਕੇ ਦਿਖਾਏ ਤੁਹਾਨੂੰ, ਮੰਨਦੇ 4,40,000 ਦੀ। ਦੂਜੀ ਆਣੀ ਹੈ ਡਿਜ਼ਾਇਰ, ਚੰਡੀਗੜ੍ਹ ਨੰਬਰ ਹੈ, VDI ਮਾਡਲ ਹੈ, ਡੀਜ਼ਲ ਵੇਰੀਐਂਟ ਹੈ ਬਾਈ, ਰੇਟ ਉਹਦਾ ਵੀ ਇਹੋ ਜਿਹਾ ਦੇ ਦਾਂਗਾ। ਕਿੰਨਾ ਮਾਡਲ ਘੁੰਮ ਲਿਓ? 13 310,000 ਦੀ ਕੋਈ ਤੁਹਾਨੂੰ ਡਿਜ਼ਾਇਰ ਦੇ ਦੇ, 13 ਮਾਡਲ ਲੋਕਲ ਚੰਡੀਗੜ੍ਹ। ਹਾਂਜੀ ਦੋਸਤੋ, ਕੀ ਹਾਲ ਚਾਲ ਹੈ ਜੀ, ਪਹਿਲਾਂ ਤਾਂ ਜਿੰਨੇ ਭਰਾ ਵੀਡੀਓ ਦੇਖ ਰਹੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚੰਡੀਗੜ੍ਹ ਦੇ ਵਿੱਚ ਪਹੁੰਚਿਆ ਵੀਰੇ ਹਾਈ ਟੈਕ ਕਾਰਸ ਦੇ ਉੱਤੇ, ਤੇ ਵੀਰ ਆਪਣੇ ਨਾਲ, ਪਹਿਲਾਂ ਤਾਂ ਵੀਰੇ ਸਤਿ ਸ਼੍ਰੀ ਅਕਾਲ, ਵੈਲਕਮ ਕਰ ਦਿਓ ਜੀ ਆਪਣੇ ਜਿੰਨੇ ਭਰਾ ਦੇਖ ਰਹੇ ਨੇ। ਬਸ ਭਾਅ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਹਾਡਾ ਕਹਿ ਸਕਦੇ ਹਾਂ, ਤੁਹਾਡੇ ਸਬਸਕ੍ਰਾਈਬਰ ਦਾ ਕਹਿ ਸਕਦੇ, ਬਹੁਤ ਪਿਆਰ ਦਿਆ ਬਾਈ, ਮਾਲ ਵੇਚਿਆ ਵੀ ਅਸੀਂ ਇਹਨਾਂ ਕੀ ਗੱਡੀਆਂ ਨਹੀਂ ਵੇਚੀਆਂ, ਬਸ ਆਪਾਂ ਸ਼ੋਅ ਆਫ ਕਰਨਾ ਛੱਡ ਦਿਆ ਬਾਈ, ਇਹ ਲੋਕਾਂ ਦੀ ਨਜ਼ਰਾਂ 'ਚ ਆਉਂਦੇ ਅਸੀਂ ਪਾਣਾ ਹੀ ਛੱਡਤਾ ਬਾਈ, ਸਟੇਟਸ ਸਟੂਟਸ ਕਿਤੇ ਵੀ ਨਹੀਂ ਪਾਉਂਦੇ ਅਸੀਂ, ਅਸੀਂ ਗੱਡੀ ਵੇਚ ਰਹੇ ਹਾਂ, ਲੋਕਾਂ ਨੂੰ ਲੱਗਦਾ ਕਿ ਇਹਨਾਂ ਦਾ ਮਾਲ ਨਹੀਂ ਵਿਕ ਰਿਹਾ, ਮਾਲ ਸਾਡਾ ਵਾਧੂ ਵਿਕ ਰਿਹਾ ਬਾਈ, ਰੱਬ ਦੀ ਦਿਆ ਨਾਲ, ਵਾਹਿਗੁਰੂ ਦੇ, ਵਾਹਿਗੁਰੂ ਬਹੁਤ ਕਿਰਪਾ ਮੇਰੇ 'ਤੇ। ਲਓ ਬਾਈ ਜਿਹੜੀਆਂ ਆਪਾਂ ਅੱਜ ਸ਼ੁਰੂ ਹੀ ਦੱਸ ਦਿੰਦੇ ਹਾਂ, ਤੁਸੀਂ ਕੋਈ ਵੀ ਕਾਰ ਚੱਕਣੀ ਆ ਉਰੋਂ, ਭਾਵੇਂ ਅਲਟੋ ਲੈ ਲਓ, ਭਾਵੇਂ ਵਰਨਾ ਲੈ ਲਓ, ਕਿਹੜੀ ਮਰਜ਼ੀ ਦਾ, ਮਤਲਬ ਕਿਹੜੀ ਮਰਜ਼ੀ ਨਹੀਂ, ਸਟੋਕ ਦਿਖਾਊਂਗਾ, ਹਰੇਕ ਕਾਰ ਦੀ 2 ਮਹੀਨਿਆਂ ਦੀ ਵਾਰੰਟੀ ਲਿਖ ਕੇ ਦੇਣ ਨੂੰ ਤਿਆਰ ਨੇ, ਕੋਈ ਚੱਕਰ ਨਹੀਂ, 1 ਮਹੀਨੇ ਦੇ ਵਿੱਚ NOC ਤੁਹਾਨੂੰ ਅਵੇਲੇਬਲ ਕਰਾ ਦਾਂਗੇ ਜੀ, ਤੁਸੀਂ ਕਿਸੇ ਹੋਰ ਸਟੇਟ ਤੋਂ, ਠੀਕ ਹੈ, ਉਹ ਕੰਡੀਸ਼ਨ ਦੇ ਵਿੱਚ। ਬਾਕੀ ਦੋਸਤੋ ਲੋਨ ਵਗੈਰਾ ਦੀ ਫੈਸਿਲਿਟੀ ਆਪਾਂ ਸਾਰੀਆਂ ਗੱਡੀਆਂ 'ਤੇ ਅਵੇਲੇਬਲ ਹੈ, ਕੋਈ ਚੱਕਰ ਨਹੀਂ, ਕਈ ਕੁਛ ਕੁ ਗੱਡੀਆਂ ਤਾਂ ਆਪਾਂ ਇਹੀ ਦਿਖਾ ਦਾਂਗੇ ਜਿਨ੍ਹਾਂ 'ਤੇ 100% ਵੀ ਹੋ ਜਾਂਦਾ ਹੁੰਦਾ, ਕੁਛ ਗੱਡੀ 'ਤੇ 50,000, ਕੁਛ 'ਤੇ ਲੱਖੋ, ਅਲੱਗ ਅਲੱਗ ਤੁਹਾਡੀ ਪ੍ਰੋਫਾਈਲ 'ਤੇ ਡਿਪੈਂਡ ਕਰਦਾ, ਹੈ ਨਾ ਵੀਰੇ? ਹਾਂ ਵੀਰੇ। ਅਤੇ ਐਡਰੈਸ ਹੈਗਾ ਜੀ ਆਪਣਾ ਹਾਈਟੈਕ ਕਾਰਸ, ਸੁਖਮਣਾ ਲੇਕ ਦੇ ਬੈਕ ਸਾਈਡ 'ਤੇ, ਬਾਕੀ ਸਕਰੀਨ 'ਤੇ ਐਡਰੈਸ ਕੰਟੈਕਟ ਨੰਬਰ ਦੋਨੋਂ ਚੱਲ ਰਹੇ ਨੇ, ਹੁਣ ਗੱਡੀਆਂ ਦੇਖ ਲਿਓ, ਪਸੰਦ ਕਰੀ ਚੱਲਿਓ, ਰੇਟ ਹੋਣਗੇ ਮਿੱਤਰੋ ਓਪਨ ਚੈਲੰਜ ਵਾਲੇ, ਤੇ ਚੈਲੰਜ ਵੀ ਦੇਖ ਕੇ ਸਵਾਦ ਆ ਜਾਓਗੇ। ਹੁਣ ਆਹ ਦਿਖਾਈਏ, ਆਹ ਦਿਖਾਈਏ, ਇਹ ਦਿਖਾਓ ਪਹਿਲਾਂ, ਲਓ ਆ ਜਾਓ ਬਾਈ। ਬਾਈ ਇਹ 2012 ਮਾਡਲ ਆ, ਹੋਂਡਾ ਸਿਟੀ ਆਈ ਵੀ ਟੈਕ ਇੰਜਨ ਵਾਲੀ, ਹਾਂਜੀ, ਐਂਡਰੋਇਡ ਪਲੇਅਰ ਗੱਡੀ 'ਚ ਲੱਗਿਆ, ਅਲੋਏ ਟਾਇਰ ਪਏ ਆ, ਬ੍ਰਾਂਡ ਨਿਊ ਕਾਰ ਹੈ ਬਾਈ, 92,000 ਵਿਦ ਰਿਕਾਰਡ ਚੱਲੀ ਹੈ, ਡੀਜ਼ਲ ਹੈ ਵੀਰੇ, ਪੈਟਰੋਲ ਬਾਈ, ਪੈਟਰੋਲ ਹੀ ਆਉਂਦੀ ਸੀ ਬਾਈ, 14 ਦੇ ਬਾਅਦ ਆਉਣ ਲੱਗੀ ਡੀਜ਼ਲ, ਤੇ ਗੱਡੀ ਦਾ ਰੇਟ ਬਾਈ ਇੱਕੋ ਦੇ ਦਾਂਗੇ ਆਪਾਂ, 2,85,000 ਦੀ, ਲੋਨ ਇਸ 'ਤੇ ਕਰਾ ਦਾਂਗੇ 2,25,000 ਦਾ, 2,85,000 12, ਅਤੇ XUV ਵੀਰੇ, XUV ਬਾਈ ਇਹ 2018 ਮਾਡਲ ਹੈ, W9 ਨਿਊ ਸ਼ੇਪ ਵਾਲੀ, ਨਿਊ ਇੰਟੀਰੀਅਰ ਵਾਲੀ, ਹਾਂਜੀ, ਸਨਰੂਫ ਵਾਲਾ ਮਾਡਲ ਆ, 1,03,000 ਵਿਦ ਰਿਕਾਰਡ ਚੱਲੀ ਹੈ, ਸਿੰਗਲ ਓਨਰ ਕਾਰ ਰਹੂਗੀ, ਕਾਰ ਬਾਈ ਤੁਹਾਨੂੰ ਅੱਜ ਇੱਕ ਰੇਟ ਦੇ ਦਾਂਗੇ 9,15,000 ਰੁਪਏ ਦੀ, 1,00,000 ਲੈ ਆਇਓ, ਬਾਕੀ ਕਰਾ ਦਾਂਗੇ, ਬਾਕੀ ਕਰਾ ਦਾਂਗੇ ਵੀਰੇ ਲੋਨ। ਅਤੇ ਵੈਨਿਊ ਜੀ, ਵੈਨਿਊ ਬਾਈ ਇਹ 2019 ਮਾਡਲ ਹੈ, ਟੌਪ ਮਾਡਲ ਹੈ ਇਹ ਵੀ, ਹਾਂਜੀ, ਅਲੋਏ ਦੇਖਿਓ, ਸਨਰੂਫ ਵੀ ਹੈ ਗੱਡੀ 'ਚ, ਗੱਡੀ ਲੁਧਿਆਣਾ ਦਾ ਲੋਕਲ ਨੰਬਰ ਹੈ, ਫਸਟ ਓਨਰ ਕਾਰ ਹੋਗੀ, 72,000-73,000 ਕਾਰ ਚੱਲੀ ਹੈ, ਕਾਰ ਦਾ ਰੇਟ ਬਾਈ ਇੱਕੋ 8,90,000 ਰੁਪਏ, ਬਾਕੀ ਮੌਕੇ 'ਤੇ ਮਾੜਾ ਮੋਟਾ ਮਾਨਦਾ ਜਿਹੜਾ ਤੁਹਾਡਾ ਨਾਂ ਲੈ ਕੇ ਅੱਜ ਉਹ ਕਰ ਦਾਂਗੇ, ਵਧੀਆ ਕਰਾ ਦਾਂਗੇ, ਕੋਈ ਟੈਨਸ਼ਨ ਨਾ ਲਓ, ਕੋਈ ਦਿੱਕਤ ਨਹੀਂ, ਕੋਈ ਦਿੱਕਤ ਨਹੀਂ, ਇੱਧਰਲੇ ਪਾਸੇ ਆ ਜਾਓ ਵੀਰੇ, ਆਪਾਂ ਅਗਲੇ ਪਾਸੇ ਖੜ ਜਾਂਦੇ, ਕਿਉਂਕਿ ਪਤਾ ਕੀ ਕਹਿੰਦੇ ਨੇ, ਮੈਨੂੰ ਕਹਿੰਦੇ ਨੇ ਕਮੈਂਟ 'ਚ, ਬਾਈ ਕਹਿੰਦਾ ਗੱਡੀਆਂ ਦਿਖਾ ਦਿਆ ਕਰ, ਕਹਿੰਦੇ ਤੈਨੂੰ ਤਾਂ ਅਸੀਂ ਬਹੁਤ ਦੇਖਦੇ ਹਾਂ, ਅਤੇ ਤਾਂ ਕਰਕੇ ਇੱਧਰਲੇ ਪਾਸੇ ਨੂੰ ਖੜਨ ਲੱਗ ਗਿਆ, ਅਜੇ ਹੁਣ ਵੀ ਕੋਈ ਕਮੈਂਟ ਨਹੀਂ ਕਰੂਗਾ ਕਿ ਬਾਈ ਗੱਡੀ ਦਿਖਾ ਦਿਆ ਕਰੋ। ਲਓ ਜੀ ਸਕੌਡਾ ਰੈਪਿਡ, ਰੈਪਿਡ ਰੈਪਿਡ ਬਾਈ ਇਹ 2014 ਮਾਡਲ ਹੈ, ਹਾਂਜੀ, 81,000 ਵਿਦ ਰਿਕਾਰਡ ਚੱਲੀ, ਨੰਬਰ ਸਾਹਮਣੇ ਚੈੱਕ ਕਰੋ,
16 ਇੰਚੀ ਲੋਟਰ ਪਏ ਆ ਕਾਰ 'ਚ। ਠੀਕ ਹੈ ਜੀ ਬਾਈ, ਦੁਨੀਆ ਕਹਿੰਦੀ ਹੈ ਸਕੋਡਾ ਦਾ ਨਾ ਇੰਜਨ ਬੜਾ ਹਲਕਾ ਹੁੰਦਾ, ਗੱਡੀ ਹਲਕੀ ਹੁੰਦੀ ਹੈ ਬਾਈ। ਮੈਂ ਹਰ ਗੱਡੀ ਦੀ 2 ਮਹੀਨੇ ਦੀ ਗਰੰਟੀ ਦੇ ਰਿਹਾ ਬਾਈ, ਇਹਦੀ ਮੈਂ 6 ਮਹੀਨੇ ਦੀ ਗਰੰਟੀ ਦਊਂਗਾ। ਸਕੋਡਾ ਦਾ ਹੈਵੀ ਹੁੰਦੀ ਆ ਬਾਈ, ਮੈਨੂੰ ਕਰਦੇ ਆ ਕਮੈਂਟ ਕਿ ਲੋਕ ਨਹੀਂ ਬਾਈ ਫੋਰਡ ਦਾ ਇੰਜਨ ਨਹੀਂ ਕਾਮਯਾਬ, ਸਕੋਡਾ ਦਾ ਕਾਮਯਾਬ ਨਹੀਂ ਬੋਕਸ। ਬਾਈ ਮੈਂ ਇਹਦੀ 6 ਮਹੀਨੇ ਦੀ ਗਰੰਟੀ ਲਊਂਗਾ, ਮੈਨੂੰ ਪਤਾ ਹੈ ਕਿ ਕਿਆ ਇੰਜਨ ਹੈ। 81,000 ਵਿਦ ਰਿਕਾਰਡ ਚੱਲੀ ਹੈ, ਫਸਟ ਓਨਰ ਕਾਰ ਹੈ। ਮਤਲਬ ਆਪਣੇ ਆਲ ਸਟਾਕ ਦੇ ਵਿੱਚ ਤੁਸੀਂ ਦੀ ਫੁੱਲ ਜ਼ਿੰਮੇਵਾਰੀ, ਫੁੱਲ ਜ਼ਿੰਮੇਵਾਰੀ ਲੈਂਦਾ ਮੈਂ ਇਸ ਕਾਰ ਦੀ ਬਾਈ, 6 ਮਹੀਨਿਆਂ ਦੀ। ਹਨਾ ਬਾਈ, 6 ਮਹੀਨੇ ਦੀ ਗਰੰਟੀ ਲਊਂਗਾ ਬਾਈ ਇੰਜਨ ਦੀ। ਬਾਈ ਰੇਟ ਇਹਦਾ ਰਹੂਗਾ 3,40,000। 3,40,000 ਮਾਡਲ 2014 ਜੀ। ਤੇ ਇਹ ਆ ਗਈ ਡਿਜ਼ਾਇਰ ਜੀ। ਬਾਈ ਇਹ ਗੱਡੀ ਹੈ 15 ਮਾਡਲ VDI, 60,000 ਵਿਦ ਰਿਕਾਰਡ ਚੱਲੀ ਹੈ। ਹਾਂਜੀ, ਅਲੋਏ ਟਾਇਰ ਇਸ 'ਚ ਵੀ ਪਏ ਆ ਬਾਈ, ਸੀਟ ਕਵਰ ਐਂਡਰੋਇਡ ਬਲੇਅਰ ਸਾਰਿਆਂ 'ਚ ਲੱਗਿਆ, ਕੁਛ ਨਹੀਂ ਕਰਾਉਣਾ ਬਾਈ, HID ਲਾਈਟਾਂ ਸਭ ਕੁਛ ਲੱਗਿਆ, ਡੀਜ਼ਲ ਉਹ ਗੱਡੀ ਚਲਾਓ। ਹਾਂਜੀ ਬਾਈ, ਗੱਡੀ ਦੇ ਦਾਂਗੇ ਤੁਹਾਨੂੰ 4.25 ਲੱਖ ਰੁਪਏ ਦੀ। 4,25,000 15 ਮਾਡਲ ਡੀਜ਼ਲ, 15 ਮਾਡਲ ਆ ਰਿਹਾ ਇਹ ਜੀ, ਸੁਣਨ ਵਾਲੀ ਆ, ਡੀਜ਼ਲ ਦੇ ਵਿੱਚ 15 ਮਾਡਲ। ਬਾਈ ਇਹ ਤੁਹਾਨੂੰ ਮੈਂ ਸਵਿਫਟ ਬਲੈਨੋ, ਸਵਿਫਟ ਦੇ ਘੱਟ ਰੇਟ ਤੇ ਦੇ ਦੂੰਗਾ ਵਾਰਾ ਜੀ। ਬਲੈਨੋ ਬਲੀਨੋ। ਅੱਛਾ ਵੀ ਜਿਹੜਾ ਬੰਦਾ ਇਹੀ ਮਾਡਲ ਦੀ ਸੁੱਟ ਲੈਣ ਚੱਲਿਆ ਤਾਂ ਨਾ ਦੇ ਲਵੇ, ਨਾ ਉਸ ਤੋਂ ਹੀ ਘੱਟ ਰੇਟ ਤੇ ਦਊਂਗਾ ਵੀਰੇ, 25,000-35,000 ਸਸਤੀ ਦਊਂਗਾ ਮੈਂ। ਫਿਰ ਇੱਕ ਚੀਜ਼ ਹੋਰ ਕਹਿੰਦਾ ਖਾਸ ਆ, ਬੋਲੋ ਜੀ, ਸਵਿਫਟ ਦੇ ਵਿੱਚ ਇੰਨੇ ਫੀਚਰਸ ਨਹੀਂ ਹੈਗੇ ਜਿੰਨੇ ਇਹਦੇ ਵਿੱਚ ਨੇ, ਬਲੀਨੋ ਚ ਹੈਗੇ, ਇਹ ਵੀ ਦੱਸ ਦਿੰਦਾ ਮੈਂ ਤੁਹਾਨੂੰ। ਬਾਈ ਇਹ 2016 ਮਾਡਲ ਡੀਜ਼ਲ ਵੇਰੀਐਂਟ ਹੈ। ਹਾਂਜੀ, ਫਸਟ ਓਨਰ, ਅਲੋਏ ਟਾਇਰ, ਐਂਡਰੋਇਡ ਬਲੇਅਰ, ਸੀਟ ਕਵਰ ਸਭ ਵਧੀਆ ਲੱਗਿਆ ਬਾਈ। ਮਾਰਕੀਟ ਦੁਨੀਆ ਮੰਗਦੀ ਹੈ, ਸਵਿਫਟ ਦੇ ਰੇਟ ਮੰਗਦੀ ਹੈ 4,35,000-40,000 ਮੰਗਦੀ ਹੈ ਵੀਰੇ। ਆਪਾਂ ਇਹ ਪੂਰੇ ਰੇਟ ਦੇ ਦਾਂਗੇ 4 ਲੱਖ ਰੁਪਏ ਦੇ। 16 ਮਾਡਲ ਡੀਜ਼ਲ 4 ਲੱਖ ਰੁਪਏ ਦੀ ਕਾਰ ਦੇ ਦੂੰਗਾ ਬਾਈ, ਕੋਸ਼ਿਸ਼ ਪੂਰੀ, 3,75,000 ਦਾ ਲੋਨ ਵੀ ਕਰਾ ਦੂੰਗਾ ਇਸ 'ਤੇ। ਹੋਰ ਦੱਸੋ ਭਾਜੀ ਕਿਆ ਕਰੀਏ ਤੁਹਾਨੂੰ, ਮੈਨੂੰ ਕਹਿੰਦਾ ਡਰਾਈ ਜਾਂਦੇ ਹੋ। 4 ਲੱਖ ਰੁਪਏ ਦੀ 16 ਮਾਡਲ, 16 ਮਾਡਲ ਬਾਈ ਮੈਂ ਲੋਨ ਵੀ ਕਰਾ ਦੂੰਗਾ, 3,75,000 ਦੇ ਦਾ ਲੋਨ ਵੀ ਕਰਾ, ਸ਼ਾਇਦ ਕੋਸ਼ਿਸ਼ ਪੂਰਾ ਵੀ ਹੋ ਜਾਵੇ। ਪਾਲ ਰਹੇ ਹੋ ਜਿਹੜਾ ਲੋਕ ਨਾ 20,000-25,000 ਲਿਆਓ ਗੱਡੀ ਚੱਕ ਕੇ ਲੈ ਜਾਓ, ਹੋਰ ਕੀ ਪਾਲ ਰਹੇ ਹੋ। ਤੇ ਆ ਗਈ ਜੀ ਟਾਟਾ ਦੀ ਟਿਆਗੋ, ਟਿਆਗੋ ਬਾਈ ਇਹ 2018 ਮਾਡਲ ਹੈ, ਪੈਟਰੋਲ ਵੇਰੀਅੰਟ, ਸਿੰਗਲ ਓਨਰ ਕਾਰ, 72,000-73,000 ਚੱਲੀ ਹੈ। ਹਾਂਜੀ, ਕਾਰ ਦੇ ਦਾਂਗੇ ਬਾਈ ਤੁਹਾਨੂੰ 3,85,000 ਰੁਪਏ ਦੀ। ਨਾ ਮੇਰੇ ਵੀਰੇ 18 ਮਾਡਲ ਆ ਬਾਈ, ਤੁਸੀਂ ਮਾਰਕੀਟ ਪਤਾ ਤੇ ਕਰੋ ਲੋਕ ਕਿਆ ਮੰਗ ਰਹੇ ਹਾਂ, ਮੈਂ ਉਹੀ ਤਾਂ ਕਹਿ ਰਿਹਾ। ਤੁਸੀਂ ਆਪ ਤਾਂ ਬਸ ਛੱਡ ਦਿਓ ਭਾਜੀ, ਇਹੋ ਜਿਹੇ ਰੇਟ ਦੇਣੇ ਆਪਾਂ ਚੱਕ ਮੇ ਰੇਟ, ਕਿ ਬੰਦਾ ਤੁਸੀਂ ਵੀ ਤੁਹਾਨੂੰ ਹੈਰਾਨ ਕਰਨਾ ਸੀ। 18 ਮਾਡਲ 3,85,000 ਦੀ ਲੈ ਲਓ, ਤੁਹਾਨੂੰ ਵੀ ਨਾਲ ਹੈਰਾਨ ਕਰਨਾ ਭਾਈ। ਇਹ ਗੱਡੀ ਵੀ ਨਵੀਂ ਆਈ ਹੈ ਬਾਈ, 2012 ਰਜਿਸਟਰਡ, 13-65 ਲੋਕਲ ਨੰਬਰ, ਫਸਟ ਓਨਰ ਕਾਰ ਹੋਊਗੀ ਬਾਈ, ਕੋਈ ਸੈਕਿੰਡ ਨਹੀਂ। ਕਿਹੜੀ i20 ਦੀ? ਮੈਗਨਾ ਆਪਸ਼ਨਲ, ਮੈਗਨਾ ਆਪਸ਼ਨਲ ਡੀਜ਼ਲ, ਡੀਜ਼ਲ ਵੇਰੀਐਂਟ ਹੈ। ਅਲੋਏ ਟਾਇਰ ਦੇਖੋ ਬਾਈ, 17 ਇੰਚੀ ਪਏ ਹੋਏ ਆ। ਹਾਂਜੀ, ਅਲੋਏ ਬੰਦੇ ਨੇ ਗੱਡੀ ਦੇ ਇੰਪੋਰਟ ਕਰਾਇਆ ਬਾਹਰੋਂ, ਇੱਥੇ ਅਲੋਏ ਨਹੀਂ ਮਿਲਦੇ ਵਾਲੇ, ਇਹ ਗੱਡੀ ਦਾ ਅਲੋਏ ਇੰਪੋਰਟ ਕਰਾਇਆ ਬਾਹਰੋਂ, ਕੰਪਨੀ ਵੀ ਨਹੀਂ ਹੈ ਬਾਈ ਇਸ ਇੰਡੀਆ 'ਚ ਵਾਲੇ ਅਲੋਏ ਵਾਲੀ, ਇਹ ਸੋਚ ਲਓ ਕਿਹੋ ਜਿਹੇ ਅਲੋਏ ਆ। ਜਹਾਜ਼ 'ਚ ਇਹਦੇ ਅਲਾਏ ਆਏ ਹੋਏ ਨੇ, ਟਾਇਰ ਨਾਲੇ ਅਲਾਏ ਆ ਜਹਾਜ਼ 'ਚ ਬਾਈ। ਇਹ ਗੱਡੀ ਦੇ ਦਾਂਗੇ ਤੁਹਾਨੂੰ 3,10,000 ਰੁਪਏ ਦੀ, 12/13 ਹੈ ਨਾ, 12/13 ਡੀਜ਼ਲ, ਡੀਜ਼ਲ ਦੇ ਵਿੱਚ। ਤੇ ਇਹਦੇ ਬਰਾਬਰੀ ਦੀ ਭੈਣ ਖੜੀ ਹੈ, ਕਲਰ ਥੋੜਾ ਜਿਹਾ ਲੱਗ ਗਿਆ ਦਾ ਬਾਈ। ਇਹ 12 ਮਾਡਲ i20 ਪੈਟਰੋਲ, ਮੈਗਨਾ ਆਪਸ਼ਨਲ ਹੈ ਵੀ, ਫਸਟ ਓਨਰ ਹੈ, 72,000 ਚੱਲੀ ਹੈ ਕਾਰ। ਇਹ ਕਾਰ ਦੇ ਦਾਂਗੇ ਤੁਹਾਨੂੰ ਭਾਜੀ 2,60,000 ਰੁਪਏ ਦੀ, 2,60,000 ਲੋਨ ਇਸ ਤੇ ਵੀ ਹੋ ਜਾਏਗਾ ਬਾਈ, 2,25,000-2,35,000 ਹੋ ਜਾਊਗਾ ਜੀ। ਤੇ ਪੋਲੋ ਜੀ, ਪੋਲੋ ਬਾਈ ਇਹ ਪੈਟਰੋਲ 13 ਮਾਡਲ ਹਾਈ ਲਾਈਨ ਹੈ, ਫਸਟ ਓਨਰ ਕਾਰ ਹੈ, ਸਟੀਅਰਿੰਗ ਕੰਟਰੋਲ ਟੋਪ ਐਂਡ ਮਾਡਲ ਕਾਰ ਹੈ, ਨਵੇਂ ਇੰਟੀਰੀਅਰ ਵਾਲੀ। ਗੱਡੀ ਦਾ ਰੇਟ ਦੇ ਦਾਂਗੇ ਬਾਈ 3,15,000 ਰੁਪਏ, 3,15,000-13,000 ਹੀ ਮਾਡਲ, 13 ਮਾਡਲ ਬਾਈ। ਤੇ ਇਹ i10 ਹੈ ਜੀ, i10 ਗ੍ਰੈਂਡ ਬਾਈ, ਮੈਗਨਾ ਮਾਡਲ ਹੈ ਵੀ, ਪੈਟਰੋਲ ਹੈ, 72,000 ਚੱਲੀ ਹੈ, ਲੁਧਿਆਣੇ ਦਾ ਲੋਕਲ ਨੰਬਰ ਹੈ, ਫਸਟ ਓਨਰ ਕਾਰ ਹੋਊਗੀ। ਗੱਡੀ ਦੇ ਦਾਂਗੇ 3.5 ਦੀ, 3.25 ਲੱਖ ਦਾ ਇਹਦਾ ਲੋਨ ਕਰਾਵਾਂਗੇ, ਲੋਨ ਕਰਾਵਾਂਗੇ 3,25,000 ਕਹਣਾ, 25,000 ਰੁਪਏ ਦਾ। ਤੇ ਫਿੱਗੋ ਵੀਰੇ, ਫਿੱਗੋ ਬਾਈ ਇਹ ਹੈ 2013 ਰਜਿਸਟਰਡ, 14, ਫਸਟ ਓਨਰ ਕਾਰ, 84,000 ਚੱਲੀ ਹੈ, ਲੋਅ ਟਾਇਰ ਇਸ ਵੀ ਪਏ ਆ ਬਾਈ, ਮੋਸਟਲੀ ਮੇਰੀ ਕਾਰਾਂ 'ਚ ਲੋਅ ਟਾਇਰ ਪਏ ਹੋਏ ਆ, ਪਏ ਹੋਏ ਨੇ, ਠੀਕ ਹੈ, ਕੁਛ ਨਹੀਂ ਕਰਾਉਣਾ ਬਾਈ, ਤੁਸੀਂ ਡੀਜ਼ਲ ਵਾਰ ਗੱਡੀ ਚਲਾਓ ਬਾਈ। ਇਹ ਗੱਡੀ ਦੇ ਦੇਵਾਂ ਤੁਹਾਨੂੰ 2,10,000 ਰੁਪਏ ਦੀ, ਨਾਲੇ ਗਰੰਟੀ ਦੀ ਵੀ 3 ਮਹੀਨੇ ਦੀ ਲੈਂਦਾ, ਔਰ ਛੱਡੋ 2 ਦੀ 3 ਦੀ, ਜਿਹੜੀ ਵੀ 12/13 13/14 2,10,000 ਰੁਪਏ ਦੀ ਬਾਈ, ਜਿੰਨੀ ਵੀ ਭੁਲੇਖਾ ਲੱਗ ਜਾਊਗਾ ਮੇਰੇ ਬਾਈ, 2,10,000 ਦਊਂਗੇ। ਫੋਰਡ ਸਕੋਡਾ ਵੋਕਸਵੈਗਨ ਜਿੰਨੀਆਂ ਖੜੀਆਂ ਬਾਈ, ਮੈਂ ਉਹਦੀ ਗੱਡੀ 3-3 ਮਹੀਨੇ ਦੀ ਲੈਂਦਾ, ਹੋਰ ਦੱਸੋ। 3 ਮਹੀਨੇ ਦੀ ਗਰੰਟੀ ਮਿਲ ਰਹੀ ਹੈ,
ਰੇਟ ਠੀਕ ਮਿਲ ਰਿਹਾ, ਹੋਰ ਕੀ ਭਾਲਦੇ ਹੋ? ਅਤੇ i20 ਜੀ ਬਾਈ, ਇਹ 15 ਮਾਡਲ ਸਪੋਰਟਸ ਵੇਰੀਐਂਟ ਹੈ, ਪੈਟਰੋਲ 72,000 ਚੱਲੀ ਹੈ, ਬਹੁਤ ਨਵੀਂ ਕਾਰ ਹੈ ਬਾਈ, ਰੰਗ ਹੈਗਾ ਘੈਂਟ ਲੱਗਦਾ, ਜੇ ਲੋਏ ਲੋਏ ਪਵਾ ਦਿਉ, ਵਧੀਆ ਵੂਫਰ ਲਾ ਦਿਉ, ਘੈਂਟ ਰੰਗ ਲੱਗਦੇ ਹਨ, ਲਾਲ ਪੋਲੋ 'ਚ ਵੀ ਬਾਈ। ਗੱਡੀ ਦੇ ਦਾਂਗਾ ਤੁਹਾਨੂੰ 4,30,000 ਰੁਪਏ, 4,30,000 ਦੀ। ਅਤੇ ਇੱਕ ਇਹ ਵਾਈਟ ਆ ਗਈ ਹੈ ਨਾ ਜੀ ਆਪਣੇ ਕੋਲ, ਇਹ ਬਾਈ 17 ਮਾਡਲ ਹੈ, ਪੋਲੋ ਡੀਜ਼ਲ, ਆਈਲੈਂਡ ਟੋਪ ਐਂਡ ਮਾਡਲ ਹੈ ਇਹ ਵੀ, ਨਵੇਂ ਇੰਟੀਰੀਅਰ ਵਾਲੀ, ਕਰੂਜ਼ ਕੰਟਰੋਲ ਇਸ 'ਚ ਵੀ ਹੈਗਾ। ਗੱਡੀ ਦੇ ਦਾਂਗੇ ਭਾਈ ਤੁਹਾਨੂੰ 1,95,000 ਰੁਪਏ ਦੀ, ਨੰਬਰ ਦਊਂਗੇ ਨਾਲ। ਪਰ ਮੈਂ ਇਹ ਕਹਿਣਾ ਚਾਹੁੰਦਾ, ਮੈਂ ਪੰਜਾਬ ਨੰਬਰ ਹਰਿਆਣਾ ਨੰਬਰ ਆਪਾਂ ਨਹੀਂ ਕਦੀ ਕਰਿਆ ਕਿ ਬਾਈ ਕਿ ਪੰਜਾਬ ਨੰਬਰ ਰੇਟ ਵੱਧ ਹੈ, ਨਹੀਂ ਉੱਥੇ ਟੈਕਸ ਜ਼ਿਆਦਾ, ਇਹਦੇ ਰੇਟ ਵੱਧ ਮੰਗ ਲਓ। ਆਪਾਂ ਬਾਈ ਸੇਮ ਰੇਟ ਰੱਖਿਆ ਹੋਇਆ, ਜੋ ਹਰਿਆਣਾ ਜੋ ਚੰਡੀਗੜ੍ਹ ਤੋਂ ਪੰਜਾਬ, ਸਾਰੇ ਕਸਟਮਰ ਆਪਣੇ ਵਾਸਤੇ ਸੇਮ ਹੈ, ਬਰਾਬਰ ਨੇ। ਅਤੇ ਇਸੀ ਕਰਕੇ ਇਹਦਾ ਰੇਟ 4,95,000 ਰੁਪਏ ਬਾਈ, ਮਾਰਕੀਟ ਟਰਾਈ ਕਰ ਲਿਓ, 5.5 ਤੋਂ ਘੱਟ ਕੋਈ ਨਹੀਂ। ਇੱਕ ਚੀਜ਼ ਹੋਰ ਹੈ ਇੱਥੇ ਨਾ, ਤੁਹਾਨੂੰ ਚਲੋ ਵੀਡੀਓ ਚੱਲਦੇ ਚੱਲਦੇ ਨੰਬਰ ਦੇਖੇ ਹੋਣੇ, ਪੰਜਾਬ ਨੰਬਰ ਹੀ ਮਿਲ ਗਿਆ, HR ਮਿਲ ਗਿਆ, ਠੀਕ ਹੈ, ਚੰਡੀਗੜ੍ਹ ਨੰਬਰ ਮਿਲ ਗਿਆ, ਅਤੇ HP ਮਿਲ ਗਿਆ, ਮਤਲਬ 4 ਸ਼ਿਟ ਆਪਾਂ ਪ੍ਰੋਪਰ ਕਵਰ ਕਰ ਰਹੇ ਹਾਂ, ਕਰ ਰਹੇ ਹਾਂ ਆਪਾਂ ਪੂਰੀ ਕਰ ਰਹੇ ਹਾਂ, ਅਤੇ 4 'ਚ ਹੀ ਲੋਨ ਦੀ ਫੈਸਿਲਿਟੀ ਅਵੇਲੇਬਲ ਹੈ, ਕੋਈ ਚੱਕਰ ਨਹੀਂ, ਹੈ ਨਾ? ਅਤੇ ਬਈ ਲੋਨ ਲੂਨ ਕਰਾ ਦਾਂਗੇ ਜਿਵੇਂ ਤੁਹਾਨੂੰ ਦੱਸਿਆ ਆਪਾਂ, ਬਾਕੀ ਹਰੇਕ ਘਰ ਦੀ 2 ਮਹੀਨਿਆਂ ਦੀ ਵਾਰੰਟੀ ਹੈਗੀ ਹੈ, ਸਾਰੀਆਂ ਜਿੰਨੀਆਂ ਵੀ ਖੜੀਆਂ ਨੇ। ਮੈਂ 2 ਗੱਡੀਆਂ ਦੇ ਹੋਰ ਚੈਲੰਜ ਪਏ ਦੇਣਾ, ਪਲੈਟਫਾਰਮ 'ਤੇ ਆਉਣ ਵਾਲੀਆਂ ਕਾਰਾਂ, ਅੱਜ ਸ਼ਾਮ ਨੂੰ ਪਹੁੰਚ ਜਾਣੀਆਂ, ਕੱਲ੍ਹ ਸਵੇਰੇ ਪਹੁੰਚ ਜਾਣੀਆਂ। ਮਾਡਲ ਨਾਮ ਅਤੇ ਬਲੈਰੋ ਜਿਹੜੀ ਮਿਲਦੀ ਨਹੀਂ ਸ਼ਹਿਰ 'ਚ, 14 ਮਾਡਲ ਹੈ, ZLX ਟੋਪ ਐਂਡ ਮਾਡਲ, ਟੋਪ ਮਾਡਲ ਹੈਗਾ ਜਿਹੜਾ, ਸਾਰੀ ਓਰੀਜਨਲ ਹੈ ਬਾਈ, ਕਿਤੇ ਕਲਮ ਵੀ ਲੱਗੀ ਹੋਈ ਗੱਡੀ ਦੇ, ਬੰਪਰ ਟੂ ਬੰਪਰ ਸਾਰੀ ਓਰੀਜਨਲ ਬਾਈ, ਇੰਨੀ ਨਵੀਂ ਕਾਰ ਹੈ, ਟਾਇਰ ਨਵੇਂ, ਸਭ ਕੁਝ ਨਵਾਂ, ਠੀਕ ਹੈ ਜੀ। ਕਾਰ ਦਾ ਰੇਟ ਦੇ ਦਾਂਗਾ ਵੀਰੇ 4,40,000 ਰੁਪਏ, ਮਾਰਕੀਟ ਘੁੰਮ ਲਿਓ, 14 ਮਾਡਲ ਬਲੈਰੋ ਕੋਈ ਦੇ ਕੇ ਦਿਖਾਏ ਤੁਹਾਨੂੰ, ਮੰਨਦੇ 4,40,000 ਦੀ। ਦੂਜੀ ਆਉਣੀ ਹੈ ਡਿਜ਼ਾਇਰ, ਚੰਡੀਗੜ੍ਹ ਨੰਬਰ ਹੈ, VDI ਮਾਡਲ ਹੈ, ਡੀਜ਼ਲ ਵੇਰੀਐਂਟ ਹੈ ਬਾਈ, ਰੇਟ ਉਹਦਾ ਵੀ ਇਹੋ ਜਿਹਾ ਦੇ ਦਾਂਗਾ, ਕਿੰਨਾ ਮਾਡਲ, 13 3,10,000 ਦੀ ਕੋਈ ਤੁਹਾਨੂੰ ਡਿਜ਼ਾਇਰ ਦੇ ਦੇ, 13 ਮਾਡਲ ਲੋਕਲ ਚੰਡੀਗੜ੍ਹ ਨੰਬਰ, ਤਾਂ ਮੈਂ ਵੀ ਜ਼ਿੰਮੇਵਾਰ। ਜੇ ਬਾਈ ਨੇ ਫੋਨ ਨਹੀਂ ਚੱਕਿਆ ਨਾ, ਆਹ ਬੋਰਡ ਦਿਖਾਈ ਇੱਕ ਵਾਰੀ ਬਾਹਰ ਆ ਕੇ ਸਾਰਿਆਂ ਨੂੰ, ਬਾਈ ਕੋਈ ਚੱਕਰ ਨਹੀਂ, ਮੈਂ ਜਾਣ ਕੇ ਆਪਦਾ ਪਰਸਨਲ ਕਹਿ ਰਿਹਾ ਹੁਣ ਜਾਣ ਕੇ, ਹਾਂਜੀ ਹਾਂਜੀ, ਕਿਉਂਕਿ ਰੇਟ ਸੁਣ ਲਓ ਰਹੋਗੇ ਹੁਣ ਤੁਹਾਨੂੰ, ਤੇਰੇ ਦੜ ਦੜ ਕਰ ਰਹੇ ਨਾ ਫੋਨ, ਅਤੇ ਜਦੋਂ ਫੋਨ ਵਾਲੇ ਆ ਜਾਂਦੇ ਨੇ ਚੱਕਿਆ ਨਹੀਂ ਜਾਂਦਾ ਹੁੰਦਾ, 2 ਕੰਮ ਕਰਿਓ, ਪਹਿਲਾ ਬਾਈ ਨੂੰ ਵਟਸਐਪ 'ਤੇ ਮੈਸੇਜ ਕਰ ਦਿਓ, ਬਾਈ ਤੁਹਾਨੂੰ ਆਹ ਬੋਲਿਆ, ਆਹ ਗੱਡੀ ਦੀ ਸਾਨੂੰ ਡਿਟੇਲ ਚਾਹੀਦੀ ਹੈ, ਕਿੱਥੇ ਮਿਲੋਂਗੇ, ਤੁਹਾਡਾ ਮੈਸੇਜ ਰਿਪਲਾਈ ਨਹੀਂ ਕਰਾਇਆ, ਇੱਥੇ ਆ ਜਾਓ ਹਾਈਟੈਕ ਕਾਰਸ ਜੀ, ਗੂਗਲ 'ਤੇ ਸਰਚ ਕਰਕੇ ਔਫਿਸ ਜਾ ਕੇ ਬੈਠ ਜਾਓ, ਕੋਈ ਚੱਕਰ ਨਹੀਂ, ਇਹ ਆਪਦੇ ਆਪ ਪਹੁੰਚ ਜਾਣਗੇ, ਟੈਨਸ਼ਨ ਨਾ ਲਿਓ, ਜੋ ਕਮਿਟਮੈਂਟ ਤੁਸੀਂ ਕਹਿਤੀ ਅਸੀਂ ਉਹ ਕਰਤੀ ਬਾਈ, ਟੈਨਸ਼ਨ ਨਾ ਲਓ ਬਾਈ, ਤੁਹਾਨੂੰ ਤੁਹਾਡਾ ਮੈਂ ਨੀਚੇ ਨਹੀਂ ਲਗਾਉਂਦਾ, ਤੁਹਾਡਾ ਮਾਨ ਨਹੀਂ ਕਰਦੇ ਸੀ ਖਰਾਬ, ਆਪਾਂ ਜੋ ਕਿਹਾ ਕਮਿਟਮੈਂਟ ਕਹੀ ਹੈ, 3-10 ਮਤਲਬ ਡਿਜ਼ਾਇਰ 3-10 ਦੀ ਮਿਲੂਗੀ, ਬਲੈਰੋ ਵੀ, ਬਲੈਰੋ ਵੀ ਉਹਨੇ ਦੀ ਮਿਲੂਗੀ, ਬਲੈਰੋ ਵੀ ਉਹਨੇ ਦੀ ਮਿਲੂ, ਬਾਕੀ ਸ਼ੇਅਰ ਕਰ ਦਿਓ ਵੀਡੀਓ ਜਿੰਨੇ ਭਰਾ ਦੇਖ ਰਹੇ ਨੇ, ਬਾਕੀ ਧੰਨਵਾਦ ਜੀ ਵੀਡੀਓ ਦੇਖਣ ਲਈ।